ਅੱਖ ਸੋਨੇ ਦੀ ਵਾਹ ਕਿੱਡੀ ਸੋਹਣੀ ਅੱਖ ਸੋਨੇ ਦੀ ਵਖ ਨਬੀਆਂ ਚੋਂ ਅੱਖ ਸੋਨੇ ਦੀ ਇੱਕ ਯਹੂਦੀ ਚਾਰਪਾਈ ਤੇ ਲੇਟਿਆ ਰਾਤ ਦਾ ਟਾਈਮ ਹੈ ਉੱਠਿਆ ਪਾਣੀ ਪੀਣ ਲੱਗਾ ਹਾਂਜੀ ਤਾਂ ਉੱਠਿਆ ਠੀਟਾ ਲੱਗਾ ਡਿੱਗਿਆ ਕੋਲ ਉਹਦੀ ਬੇਟੀ ਸੁੱਤੀ ਸੀ ਉਹਦੀ ਬੇਟੀ ਨੇ ਕਿਹਾ ਬਾਬਾ ਡਿੱਗ ਨਾ ਵੀਏ ਅੱਖੀਆਂ ਦਾ ਇਲਾਜ ਕਰਵਾ ਕਿਆ ਬੇਟਾ ਬੜਾ ਇਲਾਜ ਕਰਵਾਇਆ ਹੈ ਕੋਈ ਤਬੀਬ ਕੋਈ ਡਾਕਟਰ ਕੰਮ ਨਹੀਂ ਆਇਆ ਕਿਆ ਬਾਬਾ ਸਾਰੇ ਤਬੀਬ ਉਸਮਾਨ ਨੇ ਕਿਆ ਸਾਰੇ ਤਬੀਬ ਉਸਮਾਨ ਨੇ ਬਾਬਾ ਸਾਰੇ ਉਸਮਾਨ ਨੇ ਜੀ ਉਸਮਾਨ ਨੇ ਬਾਬਾ ਜੇ ਇਜਾਜ਼ਤ ਹੋਵੇ ਤੇ ਮਦੀਨੇ ਦੇ ਵਿੱਚ ਇੱਕ ਤਬੀਬ ਆਇਆ ਹੈ ਮਦੀਨੇ ਦੇ ਵਿੱਚ ਇੱਕ ਤਬੀਬ ਆਇਆ ਸੁਣਿਆ ਸੁਣਾ ਦਿੰਦਾ ਅੱਖੀਆਂ ਦੇ ਰੋਸ਼ਨੀਆਂ ਵਾਪਸ ਆ ਗਈਆਂ ਨੇ ਕਹਿ ਨਹੀਂ ਨਹੀਂ ਬੇਟਾ ਗੱਲ ਗਲਤ ਹੈ ਮੈਂ ਸਾਰੇ ਤਬੀਬ ਸਵਾਲ ਨੇ ਕਿਆ ਬਾਬਾ ਫੇਰੀ ਜਾਂਦੇ ਤੇ ਸਵੇਰੇ ਉਸ ਤਬੀਬ ਕੋ ਸੁਰਮਾ ਨਾ ਲੈ ਬਾਬੇ ਦੀ ਇਜਾਜ਼ਤ ਲੈ ਕੇ ਉਹ ਬੱਚੀ ਗਈ ਮਦੀਨੇ ਸ਼ਰੀਫ ਮਸਜਿਦ ਨਬਵੀ ਵਿੱਚ ਅਗੋਂ ਮੁਲਾਕਾਤ ਹੋ ਗਈ ਹਜ਼ਰਤ ਬਿਲਾਲ ਨਾਲ ਅਗੋਂ ਮੁਲਾਕਾਤ ਹੋ ਗਈ ਹਜ਼ਰਤ ਬਿਲਾਲ ਨਾਲ ਹਜ਼ਰਤ ਬਿਲਾਲ ਨੇ ਹਜ਼ੂਰ ਦੇ ਜੋੜੇ ਮੁਬਾਰਕ ਨੂੰ ਛਾੜਿਆ ਜਿਹੜੀ ਖਾਕੇ ਸ਼ਫਾ ਨਿਕਲੀ ਉਹਦੀ ਪੂਰੀ ਬਣ ਕੇ ਉਹ ਬੀਬੀ ਦੇ ਉਹ ਦੌੜੀ ਦੌੜੀ ਕਰ ਰਹੀ ਬਾਬਾ ਤਬੀਬ ਸੁਣਾ ਦਿੱਤਾ ਹੈ ਇੱਕ ਸੁਣਾਈ ਸੱਚੀ ਇੱਕ ਚਪਾਈ ਇੱਕ ਚੱਬੀ ਇੱਕ ਚਪਾਈਆਂ ਅੱਖੀਆਂ ਦੀਆਂ ਰੋਸ਼ਨੀਆਂ ਵਾਪਸ ਆਈਆਂ ਕਹਿੰਦਾ ਬੇਟਾ ਇਹ ਕੌਣ ਤਬੀਬ ਹੈ ਕਿਸੇ ਤਬੀਬ ਸੇ ਮੁਝੇ ਆਰਾਮ ਨਹੀਂ ਆਇਆ ਅੱਖ ਠੀਕ ਨਹੀਂ ਹੋਈ ਬੇਟਾ ਇਹ ਕੌਣ ਤਬੀਬ ਹੈ ਕਹਿੰਦੀ ਬੇਟਾ ਬਾਬਾ ਯੇ ਤਬੀਬ ਵੀ ਹੈ ਔਰ ਅੱਲਾਹ ਕਾ ਹਬੀਬ ਵੀ ਹੈ ਯੇ ਤਬੀਬ ਵੀ ਹੈ ਔਰ ਅੱਲਾਹ ਕਾ ਹਬੀਬ ਵੀ ਹੈ ਅਬ ਉਨੀ ਅੱਖੋਂ ਸੇ ਮੇਰੇ ਨਬੀ ਕੀ ਆਖ ਕੋ ਦੇਖ ਕੇ ਕਹਤਾ ਹੈ ਕਿ ਕਿੱਡੀ ਸੋਹਣੀ ਅੱਖ ਸੁਣੇ ਕਿੱਡੀ ਸੋਹਣੀ ਅੱਖ ਸੁਣੇ ਦੀ ਵੱਖ ਨਬੀਆਂ ਚੋਂ ਅੱਖ ਸੁਣੇ ਦੀ ਅਰਸ਼ ਆਟਾ ਤੇ ਮੋਟੀ ਰੋਟੀ ਕਦੀ ਖੁਰਾਕ ਤੇ ਚੱਖ ਸੁਣੇ ਦੀ ਅਰਜਨ ਆਟਾ ਤੇ ਮੋਟੀ ਰੋਟੀ ਕਦੀ ਖਰਾਬ ਤੇ ਚੱਖ ਸੋਨੇ ਦੀ ਤੇ ਕਿੱਡੀ ਸੋਹਣੀ ਅੱਖ ਸੋਨੇ ਦੀ ਕਿੱਡੀ ਸੋਹਣੀ ਅੱਖ ਸੋਨੇ ਦੀ ਮੇਰੀ ਮੇਰੀ ਮਹਿਫਿਲ ਕੇ ਬਹੁਤ ਹੀ ਪਿਆਰੇ ਸਨਾ ਖਾਨ ਮੇਰੀ ਮਹਿਫਿਲ ਕੇ ਬਹੁਤ ਹੀ ਪਿਆਰੇ ਨੰਨੇ ਸੇ ਸਨਾ ਖਾਨ ਮੁਹੰਮਦ ਹਮਾਦ ਕਾਦਰੀ ਸਾਹਿਬ ਮੈਂ ਉਹਨੇ ਦਾਵਤ ਤੇ ਆਸ਼ੀਸ਼ ਦੇ ਰਹਾ ਹਾਂ ਕਿ ਵੋ ਹਜ਼ੂਰ ਕੇ ਜ਼ਿਕਰ ਸੇ ਹਜ਼ੂਰ ਕੀ ਨਾਸ ਸੇ ਗੁਲੇ ਗੁਲਦਸਤੇ ਸੇ ਹਮਾਰੇ ਦਿਲੋਂ ਕੋ ਮੁਸਤਫੀਜ਼ ਫਰਮਾਏ ਇਸਕੇ ਬਾਅਦ ਦੋ ਮਿੰਟ ਕੀ ਹਾਜ਼ਰੀ ਜਾ ਕੇ ਸਦਾਕਤ ਭਾਈ ਬੈਠੇ ਹੈ ਸ਼ਰੀਫ ਫਰਮਾ ਹੈ ਔਰ ਮੇਰੀ ਖੁਸ਼ਕਿਸਮਤੀ ਹੈ ਸਬਤੈਨ ਭਾਈ ਕੀ ਵਜ੍ਹਾ ਸੇ ਸਮਝ ਲੀਜੀਏ ਜਾਂ ਮੇਰੇ ਰੱਬ ਕਰੀਮ ਕੀ ਮਰਜ਼ੀ ਥੀ ਕਿ ਅੱਜ ਮੇਰੀ ਹਾਜ਼ਰੀ ਯਹਾਂ ਪੇ ਲਿਖੀ ਥੀ ਔਰ ਵੈਸੇ ਵੀ ਮੈਂ ਸਬਤੈਨ ਭਾਈ ਕਾ ਸ਼ੁਕਰ ਗੁਜ਼ਾਰ ਹੂੰ ਕਿ ਉਹਨਾਂ ਨੇ ਮੁਝੇ ਵੀ ਇਸ ਕਾਬਿਲ ਸਮਝਿਆ ਕਿ ਮੈਂ ਵੀ ਇਸ ਮਹਿਫਿਲ ਕਾ ਹਿੱਸਾ ਬਣ ਸਕਦਾ ਹੂੰ ਤੋ ਹਿੱਸਾ ਬਣਨਾ ਇਹ ਰੱਬ ਕਰੀਮ ਕਾ ਕੰਮ ਹੈ ਮੇਰੇ ਆਕਾ ਕਾ ਕੰਮ ਹੈ ਲੇਕਿਨ ਅੱਲਾਹ ਤਾਲਾ ਨੇ ਕਿਸੇ ਨਾ ਕਿਸੇ ਸੇ ਕੋਈ ਨਾ ਕੋਈ ਕੰਮ ਜ਼ਰੂਰ ਲੈਣਾ ਤੋ ਸਬਤੈਨ ਭਾਈ ਨੇ ਮੈਨੂੰ ਹੁਕਮ ਕੀਆ ਮੈਂ ਹਾਜ਼ਰ ਹੋ ਗਿਆ ਮੈਂ ਇਨਕਾ ਮਸ਼ਕੂਰ ਹੂੰ ਸ਼ੁਕਰ ਗੁਜ਼ਾਰ ਹੂੰ ਸਦਾਕਤ ਭਾਈ ਕਾ ਵੀ ਸ਼ੁਕਰ ਗੁਜ਼ਾਰ ਹੂੰ ਕਿਉਂਕਿ ਮੈਂ ਵੀ ਮਹਿਫਲੇ ਨਕੀਬ ਹੂੰ ਉਹ ਵੀ ਮਹਿਫਲੇ ਨਕੀਬ ਹੈ ਮੈਂ ਵੀ ਹਜ਼ੂਰ ਕਾ ਨੌਕਰ ਹੂੰ ਉਹ ਵੀ ਹਜ਼ੂਰ ਕਾ ਨੌਕਰ ਹੈ ਤੋ ਇਹ ਨਾ ਸੁਣ ਲੈ ਫਿਰ ਦਰੇ ਜ਼ਹਰਾ ਪੇ ਚਲਤੇ ਹੈ ਦਰੇ ਜ਼ਹਰਾ ਪੇ ਚਲਤੇ ਹੈ ਨੌਕਰ ਹੈ ਜੋ ਦਰੇ ਜ਼ਹਰਾ ਜੋ ਜ਼ਹਰਾ ਕਾ ਨੌਕਰ ਹੈ ਉਹ ਹਾਥ ਬੁਲੰਦ ਕਰਕੇ ਇੱਕ ਮਰਤਬਾ ਸੁਭਾਨ ਅੱਲਾਹ ਬੋਲੇ ਪਤਾਇਆ ਆਪਣੂ ਹਾਲਾਂ ਦਾ